हेलो एंड वेलकम गाइस, आई होप तुसी सारे घैंट होगे। ते गाइस आपां पूरे घैंट आ, ते कहंदे 3:30 दा टाइम हो गया, 3:30 PM हो गया, शाम दा टाइम आ, ते व्लॉग असी हुण स्टार्ट करन लगे आ। ते मेरे वीरो आपां चलदे आ हुण बागे पुराने, ठीक आ, जिथे हैप्पी ने पेंट पूंट कराया सीगा। ट्रैक्टर आप तां पता नहीं किथे उड़ गया, ते ट्रैक्टर खोल के छड्ड गया। जिहना ट्रैक्टर सीगा ओह अज लैणा ना, आपां कसदे आ। खोलिया सीगा जिहड़ा इक पासे वाला, उहने ओह कस के ते फिर लै के इहने थप्पड़ कोले ट्रैक्टर, ते फिर वेखदे आ की पता मेरे वीरो। बाकी अगे भी थोड़ा दिखा दी तू पाई हुई होने लिटर बॉय ट्रैक वाली भी थोड़ा जाके दिखा मेरे ਇੱਥੇ ਤੇ ਮੇਰੇ ਹਿਸਾਬ ਨਾਲ ਕੁਝ ਨੂੰ ਪਾਇਆ ਸੀਗਾ ਇਹਨਾਂ ਨੇ, ਬਾਕੀ ਵੇਖਦੇ ਹਾਂ ਇੱਥੋਂ ਤੋਂ ਲੈ ਕੇ ਅਤੇ ਵੇਖੀਏ ਕਿੱਥੋਂ ਤੱਕ ਪਾਏ ਨੇ ਇਹਨਾਂ ਨੇ। ਅਤੇ ਇੱਥੋਂ ਸਟਾਰਟ ਕੀਤਾ ਵੀ ਇੱਥੇ ਬਦੰਦਰ ਛੜਕਦੇ ਹੀ ਦੋ ਜਣ ਕਵਾਈ ਰੱਖਦੇ ਆ ਬਦੰਦਰ, ਮਾੜੀ ਹੋਈ ਪਈ ਆ। ਹੜਾਂ ਵਾਲੀ ਥਾਂ ਵੀ ਉੱਥੇ ਆ, ਉੱਥੇ ਹੜ ਜਿਹੇ ਹੁੰਦੇ ਹੋਏ ਆ, ਇੱਥੇ ਕੋਠੜੀ ਜਿਹੀ ਹੋਈ ਆ। थप्पड़ की दुकान मोटरसाइकिल खिला दी पुठे रोंग साइड आप, ठीक है, फिर वेखते हैं की बन जो आप पकाते प्लेट खोल लगती है ना पूरी। ਅਤੇ ਆ ਗਏ ਸੀਗੇ ਆਪਾਂ ਲਿਟਲ ਬੋਆਏ ਦੇ ਕੋਲ, ਹੁਣ ਪਲੇਟਾਂ ਹੀ ਵੀ ਬਣਾਉਣੀਆਂ ਲਿਟਲ ਬੋਆਏ ਲਈਆਂ, ਪੱਟ ਕੇ ਅਤੇ ਉੱਤੇ ਲੱਗ ਜਾਣੀਆਂ। ਅਤੇ ਬਾਕੀ ਕੰਮ ਓਕੇ ਆ, ਮੁੰਡੇ ਦੇ ਕਹਿੰਦੇ ਹੌਸ ਪੈਪ ਵੀ ਬਦਲਤਾ, ਬਦਲਣ ਵਾਲਾ ਸੀਗਾ ਉਹ ਵੀ ਬਦਲਤਾ, ਚੱਲ ਵਧੀਆ ਕੀਤਾ ਕੰਮ। ਬਾਕੀ ਪੂਰਾ ਓਕੇ ਆ, ਅਤੇ ਹੁਣ ਟਰੈਕਟਰ ਇੱਥੋਂ ਕਰਕੇ ਤਿਆਰ, ਅਤੇ ਫਿਰ ਲੈ ਕੇ ਜਾਂਦੇ ਹਾਂ ਉੱਥੇ ਥਾਪਰ ਕੋਲ, ਫਿਰ ਵੇਖਦੇ ਕਿ ਪਲੇਟ ਫਾਰਮ ਆਪਾਂ ਖਸਤਾ ਬਾਹਰ ਨਾਟਕਸ ਨਾਲ ਰਹਿ ਗਏ, ਮਤਲਬ ਵੀ ਲਾ ਥਾ ਓਕੇ ਕਰਤਾ ਨਾਟਕਸ ਨਾਲ ਰਹਿ ਗਏ ਉਹ ਆਪਾਂ ਕਸ ਕੇ, ਅਤੇ ਫਿਰ ਲੈ ਕੇ ਜਾਂਦੇ ਹਾਂ ਥਾਪਰ ਕੋਲ। ਕਹਿੰਦੇ ਮੁੰਡੇ ਨੇ ਇਸ਼ਾਰੇ ਇਸ਼ੂਰੇ ਲਾ ਤੇ, ਹੈਂ ਠੀਕ ਆ ਯਾਰ, ਪੂਰੀ ਗੱਲਬਾਤ ਹੈ। ਵੇਖਦੇ ਉੱਥੇ ਜਾ ਕੇ ਕੀ ਬਣਦਾ ਫਿਰ, ਪਹਿਲਾਂ ਨਟ ਨੁਟ ਕਸੀ ਆ, ਪਿੰਨਾ ਪੁੰਨਾ ਸਭ ਕੋਲ ਕੱਢੀ ਬੈਠਾ ਪਤੰਦਰ, ਪਤਾ ਨਹੀਂ ਕਾਹਦੀ ਪਿੰਨਾ ਪੁੰਨਾ ਕੱਢੀ ਆ, ਦੇਖਦੇ ਆ ਕੀ ਬਣਦਾ। ਪੂਰਾ ਓਕੇ ਹੋ ਗਿਆ, ਹੁਣ ਲੈ ਕੇ ਚੱਲਦੇ ਹਾਂ ਥਾਪਰ ਦੀ ਦੁਕਾਨ 'ਤੇ, ਅਤੇ ਫਿਰ ਵੇਖਦੇ ਹਾਂ। ਮੈਂ ਤਾਂ ਜਾਣਾ ਯਾਰ ਪਿੰਡ, ਥੋੜ੍ਹਾ ਕੰਮ ਆ ਮੈਨੂੰ, ਅਤੇ ਬਾ ਖੜਾ ਆ ਗਿਆ ਆਪਾਂ ਉੱਥੇ ਖੜਾ ਆ ਗਏ ਨਾ, ਫਿਰ ਆਪਾਂ ਜਾਂਦੇ ਹੀ ਹਾਂ ਬਸ, ਅਤੇ ਹੁਣ ਮੋੜਦੇ ਹਾਂ ਲਾਉਂਦੇ ਹਾਂ ਥਾਪਰ ਦੀ ਦੁਕਾਨ 'ਤੇ, ਫਿਰ ਵੇਖਦੇ ਕੀ ਬਣਦਾ। ਥਾਪਰ ਦੀ ਦੁਕਾਨ 'ਤੇ ਆਪਾਂ ਆਏ ਸੀ, ਅਤੇ ਹੁਣ ਕਰਾਉਂਦੇ ਹਾਂ ਲਿਟਲ ਬੋਆਏ ਵਾਲੀਆਂ ਪਲੇਟਾਂ ਤਿਆਰ, ਫਿਰ ਵੇਖਦੇ ਕੀ ਬਣਦਾ। ਮੈਨੂੰ ਪੈ ਗਿਆ ਸੀਗਾ ਥੋੜ੍ਹਾ ਕੰਮ ਘਰੇ ਜ਼ਰੂਰੀ, ਅਤੇ ਮੈਂ ਥਾਪਰ ਕੋਲ ਟਰੈਕਟਰ ਖੜਾਇਆ ਆ, ਅਤੇ ਉਹਨੇ ਆਪੇ ਕਰ ਦੇਣਾ, ਉਹਨੂੰ ਪਤਾ ਕੀ ਕਰਦਾ ਹੈ ਨਾ, ਦੱਸਿਆ ਬਈ ਹੈਪੀ ਨੇ ਬਾਕੀ ਡਿਟੇਲ ਦੇ ਵਿੱਚ, ਅਤੇ ਆਪਾਂ ਟਰੈਕਟਰ ਉੱਥੇ ਖੜਾ ਜਾਂਦਾ, ਅਤੇ ਬਾਕੀ ਆਪਣੇ ਕੋਲ ਆਉਣਗੇ ਦੱਸਿਆ ਕਿ ਟਰੈਕਟਰ ਲੈ ਕੇ ਉੱਥੇ ਆਉਣਗੇ, ਮੈਂ ਕਿਹੜਾ ਚੱਲਦਾ ਪਿੰਡ ਹੈ ਨਾ ਨਹਾਉਣ ਨੂੰ, ਅਤੇ ਮੈਂ ਇੱਕ ਤਾਂ ਬਾਕੀ ਦੱਸਿਆ ਕਿ ਆਪਣੇ ਕੋਲ ਪਿੰਡ ਆਉਣਗੇ, ਕੋਈ ਚੱਕਰ ਨਹੀਂ ਗਾ, ਅਤੇ ਉੱਥੇ ਉਹਦਾ ਇੱਕ ਤਾਂ ਹੁੱਡ ਜਿਹਾ ਪਿਆ ਉਹ ਕਸਣਾ, ਅਤੇ ਇੱਕ ਪੁਰਾਣਾ ਜਿਹੜਾ ਪਲੈਟਫਾਰਮ ਜਿਹਾ ਉਹ ਚੱਕ ਕੇ ਲੈ ਕੇ ਆਉਣਾ ਉਹਨੇ, ਅਤੇ ਆਉਣਗੇ ਕੋਈ ਚੱਕਰ ਨਹੀਂ ਗਾ, ਬਸ ਥਾਪਰ ਤੋਂ ਕੰਮ ਨਿਬੜੂਗਾ, ਫਿਰ ਆ ਕੇ ਇੱਧਰੋਂ ਆਉਣਗੇ। ਹਜੇ ਤਾਂ ਹੁਣੇ ਤੁਰੇ ਆ ਉੱਥੋਂ ਆਪਣਾ ਚੰਡੀਗੜ੍ਹ ਤੋਂ, ਅਤੇ ਫਿਰ ਆਉਂਦੇ ਆਉਂਦੇ ਟਾਈਮ ਲੱਗ ਹੀ ਜਾਣਾ ਆ ਉਹ ਜਗ੍ਹਾ ਜਿੱਥੇ ਹੜ੍ਹ ਨੂੰ ਮਾਰ ਦਿੰਦੇ ਆ ਉੱਪਰ, ਮੈਂ ਤਾਂ ਕਰਦਾ ਹੀ ਸਿੱਧਾ ਸੀ ਰੇ ਨੂੰ, ਐਵੇਂ ਆ ਉਹ ਜਗ੍ਹਾ ਜਿੱਥੇ ਹੜ੍ਹ ਨੂੰ ਮਾਰ ਦਿੰਦੇ ਚੁੱਬਰ, ਦੂਰ ਐਵੇਂ ਥੋੜ੍ਹੀ ਲੋਕਾਂ ਦੀਆਂ ਕਣਕਾਂ ਵਾਹੁੰਦੇ ਫਿਰਦੇ ਆ, ਚਪੇੜੇ ਖਾਣਗੇ ਅੱਜ ਕਿ ਨਹੀਂ, ਕਣਕ ਦੇ ਕਿਸੇ ਚੀਜ਼ ਵਾਹਣਾਗੇ ਟਰੈਕਟਰ ਦਾ ਅਗਲੇ ਚਪੇੜੇ ਹੀ ਮਾਰਨਗੇ, ਹੋਰ ਅਗਲੇ ਖਿੱਲਾ ਥੋੜ੍ਹੀ ਪਾਉਣਗੇ। ਅਤੇ ਬਾਕੀ ਕੰਮ ਓਕੇ ਆ, ਅੱਗੇ ਲੀਹਾਂ ਦਾ ਕੰਮ ਵੀ ਆ ਗਿਆ, ਜਿਹੜੀਆਂ ਤੁਹਾਨੂੰ ਪਹਿਲਾਂ ਦਿਖਾਈਆਂ ਸੀਗੀਆਂ ਲੀਹਾਂ ਉਹ ਅੱਗੇ ਆ ਗਈਆਂ, ਅਤੇ ਬਾਕੀ ਹੁਣ ਚੱਲਦੇ ਆ ਪਿੰਡ ਨੂੰ, ਅਤੇ ਫਿਰ ਵੇਖਦੇ ਹਾਂ ਕੀ ਬਣਦਾ। ਹਾਂ ਬਈ ਮੁੰਡੇ ਉਹ ਕਿੱਦਾਂ ਹਾਲ ਚਾਲ, ਅਤੇ ਉੱਦਣ ਵਾਲਾ ਵਲੋਗ ਯਾਰ ਅੱਧ ਦੇ ਵਿੱਚ ਹੀ ਹਜੇ ਵੀ ਮੇਰੇ ਕੋਲ ਪਿਆ, ਅਤੇ ਨਾ ਮੁੰਡੇ ਤੋਂ ਮੈਂ ਜਿਹੜੇ ਮੁੰਡੇ ਦਾ ਟਰੈਕਟਰ ਸੀਗਾ ਉਦੋਂ ਮੈਂ ਵੀਡੀਓ ਮੰਗਾਈ ਆ ਹੁਣ, ਅਤੇ ਵੀਡੀਓ ਬਣਾ ਕੇ ਮੈਂ ਕਿਹਾ ਵੀ ਵੀਡੀਓ ਕੰਪਲੀਟ ਕਰਕੇ ਤੁਹਾਨੂੰ ਦਿਖਾਈਏ, ਤੁਹਾਨੂੰ ਵੀ ਪਤਾ ਲੱਗੇ ਵੀ ਤੁਸੀਂ ਕਹਿੰਦੇ ਯਾਰ ਪਤਾ ਨਹੀਂ ਇੱਕੋ ਦਾ ਵੀ ਕਿੱਧਰ ਗਿਆ ਲਿਟਲ ਬੋਆਏ ਹੈ ਨਾ, ਅਤੇ ਵੀ ਇਸੇ ਕਰਕੇ ਮੈਂ ਵੀਡੀਓ ਮੰਗਾਈਆਂ। ਫਿਰ ਮੈਂ ਇੱਕ ਵੀਡੀਓ ਕੰਪਲੀਟ ਕੀਤੀ, ਉੱਧਰ ਮੈਂ ਲੈਣ ਗਿਆ ਸੀਗਾ ਜਿਹੜਾ ਇਹ ਆਪਣਾ ਲਿਟਲ ਬੋਆਏ ਉੱਥੇ ਵੀ ਥਾਪਰ ਕੋਲ ਖਿਲਾਇਆ ਰਿਹਾ ਸੀਗਾ ਮੈਂ, ਅਤੇ ਆਉਣਾ ਤਾਂ ਸੀਗਾ ਉਹਨਾਂ ਨੇ ਮੇਰੇ ਕੋਲ, ਅਤੇ ਹੈਪੀ ਉੱਡ ਗਿਆ ਸੀਗਾ ਮਰਾੜ ਦੇ ਨਾਲ ਸਟੰਟ ਕਰਾਉਣ, ਉਹਨੂੰ ਵੀ ਨੇਰਾ ਹੋ ਗਿਆ, ਅਤੇ ਉਹ ਫਿਰ ਇਹਨਾਂ ਨੂੰ ਵੀ ਨੇਰਾ ਹੁੰਦਾ ਸੀ, 10 ਵੱਜ ਗਏ ਸੀਗੇ ਇਹਨਾਂ ਨੂੰ ਉੱਥੇ, ਅਤੇ ਇਹ ਕਹਿੰਦੇ ਬਾਈ ਯਾਰ ਤੂੰ ਰਹਿਣ ਦੇ ਕੋਈ ਨਹੀਂ, ਕਹਿੰਦਾ ਸਮਾਨ ਆਪਾਂ ਫੇਰ ਲੈ ਜਾਵਾਂਗੇ, ਅਤੇ ਅਸੀਂ ਕਹਿੰਦਾ ਪਿੰਡ ਨੂੰ ਹੀ ਚੱਲੇ ਹਾਂ, ਮੈਨੂੰ ਵੀ ਮਿਲ ਕੇ ਨਹੀਂ ਗਏ, ਉੱਧਰ ਜੀ ਉੱਧਰ ਥਾਪਰ ਕੋਲ ਹੀ ਨਿਕਲ ਗਏ ਪਤੰਦਰ, ਅਤੇ ਆਪਾਂ ਵੀਡੀਓ ਮੰਗਾਈਆਂ, ਅਤੇ ਬਾਕੀ ਤੁਸੀਂ ਵੇਖਿਓ ਵੀ ਵੀਡੀਓ ਕਿੱਦਾਂ ਦੀਆਂ ਲੱਗੀਆਂ, ਅਤੇ ਘੈਂਟ ਲੋਕਾ ਹੁਣ ਲਿਟਲ ਬੋਆਏ ਦੀ ਦੱਸਿਓ ਮੁੰਡੇ ਸਾਰਾ ਕੁਝ ਕਰਤਾ ਆਪਾਂ ਟਾਇਰ ਟੂਰ ਪਵਾ ਅਤੇ ਓਕੇ ਹੋ ਗਿਆ ਜਮਾਂ, ਅਤੇ ਵੇਖੋ ਮਾੜਾ ਜਿਹਾ ਘੈਂਟ ਲੱਗਦਾ ਕੰਮ। ਲੋ ਬਾਈ ਮੁੰਡੇ ਟਰੈਕਟਰ ਆਪਾਂ ਲੈ ਆਏ ਦੇ ਹੈਵੀ ਉਹਨਾਂ ਕੋਲੋਂ, ਹੈਪੀ ਉਹਨਾਂ ਕੋਲੋਂ,
ਬਾਕੀ ਫੁੱਲ ਹੋ ਕੇ ਟਰੈਕਟਰ ਦਾ ਬਾਈ ਪੂਰਾ ਮੈਂ ਕਹਿੰਦਾ ਬੋਰਾ ਹੀ ਬਣਿਆ ਪਿਆ ਹੈ ਹੈਵੀ ਬਾਈ ਸਰਾ ਲਾਤਾ ਹੈਪੀ ਐਂਡ ਬਣਾਤੀ ਆਹ ਚੀਜ਼ ਦੇ ਤਾਂ ਪਿੰਡ ਦੇ ਫੈਨ ਹੋਏ ਪਏ ਆ ਕਹਿੰਦੇ ਬਣਾਇਆ ਕਿਹਦੇ ਆ ਬਾਕੀ ਟਾਇਰਾਂ ਟੂਰਾਂ ਵਾਲੀ ਓਕੇ ਆ ਲਿਟਲ ਬੋਏ ਸਰਾ ਗੱਲਬਾਤ ਐਂਡ ਜਮਾਂ ਹੀ ਮੇਰੇ ਬਾਬੇ ਉਹ ਬੈਂਫਰ ਲਵਾ ਦੇਣਾ ਹੁਣ ਆਪਾਂ ਨੇ ਟਾਇਰ ਆਪਣੇ ਸੱਪ ਕਹਿੰਦੇ ਟਾਇਰ ਵੱਡੇ ਆਪਾਂ ਨੇ ਲਿਟਲ ਬੋਏ ਦੇ ਪਾਤੇ ਟਾਇਰ ਹੁਣ ਤੁਸੀਂ ਦੱਸੋ ਲੁੱਕ ਕਿਵੇਂ ਦੀ ਲੱਗਦੀ ਆ ਐਂਡ ਗੱਲਬਾਤ ਹੋ ਗਈ ਪੂਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਏ ਬਾਏ ਗਾਇਜ਼ ਟੇਕ ਕੇਅਰ।